ਇਨਸ਼ਾਅੱਲਾ ਜੀ ਅਮੀਨਪੁਰ ਬੰਗਲਾ ਜਨਾਬ ਮੰਡੀ ਹਰ 10 ਤਰੀਕ ਨੂੰ ਜਨਾਬ ਇਹ ਲੱਗਦੀ ਹੈ ਅਤੇ ਅਸੀਂ ਮਾਸ਼ਾਅੱਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਨਾਬ ਜਾਨਵਰ ਤੁਹਾਨੂੰ ਦਿਖਾ ਰਿਹਾ ਜੀ। ਇਹ ਇੱਕ ਘੋੜੀ, ਇਹ ਦੇਖੋ ਕਾਫੀ ਦੋਸਤ ਜਿਹੜੇ ਨੇ ਜਮ੍ਹਾਂ ਨੇ ਔਰ ਘੋੜੀ ਦੇਖਣਾ ਚਾਹ ਰਹੇ ਨੇ ਜਾਂ ਦੇਖਦੇ ਪਏ ਨੇ। ਵੀਰ ਜੀ ਕਿੰਨੇ ਪੈਸੇ ਜਾਂਦੇ ਘੋੜੇ ਦੇ? ਘੋੜਾ 2.5 ਲੱਖ ਰੁਪਏ ਦਾ ਖੁਦ ਲਿਆ। ਅੱਛਾ ਲਿਆ ਜੇ ਮੁੰਡਾ ਜੀ 2.5 ਲੱਖ ਰੁਪਏ ਦਾ ਕਹਿੰਦਾ ਮੈਂ ਖੁਦ ਲਿਆ। ਚਲੋ ਅਸੀਂ ਵੀ ਵੇਖ ਲੈਂਦੇ ਜੀ 2.5 ਲੱਖ ਰੁਪਏ ਦਾ ਜਿਹੜਾ ਲਿਆ ਹੈ ਉਹ ਕੀ ਲਿਆ ਹੈ। ਲਓ ਜੀ 2.5 ਲੱਖ ਰੁਪਏ ਦਾ ਜਨਾਬ ਲਿਆ ਜੇ। ਚਲੋ ਅੱਛੀ ਗੱਲ ਲਿਆ ਜੇ ਤਾਂ। ਲਓ ਜੀ ਮਜ਼ੀਦ ਮਾਸ਼ਾਅੱਲਾ ਹੋਰ ਤੁਹਾਨੂੰ ਜਾਨਵਰ ਵਿਖਾਉਣੇ ਆ ਜੀ ਅਤੇ ਲਓ ਜਨਾਬ ਅੱਗੇ ਵਧਣੇ ਔਰ ਹੋਰ ਘੋੜੀਆਂ ਅਸੀਂ ਤਲਾਸ਼ ਕਰਨੇ ਹਾਂ ਇੱਥੇ ਜਿਹੜੀਆਂ ਉਹ ਵਿਕਣ ਵਾਸਤੇ ਆਈਆਂ ਹੋਈਆਂ। ਲਓ ਜਨਾਬ ਇਹ ਵੀ ਕੁੜੀ ਔਰ ਸ਼ੇਰ ਔਰ ਖਰੀਦਣਾ ਚਾਹ ਰਹੇ ਨੇ ਔਰ ਮੇਰਾ ਖਿਆਲ ਖਰੀਦ ਲਈ ਉਹਨਾਂ ਨੇ। ਚਲੋ ਰੇਟ ਸ਼ੇਟ ਅਸੀਂ ਪੁੱਛ ਰਹੇ ਹਾਂ ਇਸ ਘੋੜੀ ਦਾ ਰੇਟ ਸ਼ੇਟ ਕੀ ਹੈ। ਵੀਰ ਜੀ ਕਿੰਨੇ ਪੈਸੇ? ਪੱਕਾ ਮੁੱਲ ਕਰਕੇ 2 ਰੁਪਈਏ ਪਿਆ ਹੈਗਾ ਹੈ। ਦੋ ਨਾਲ ਭਾਵੇਂ 4-0 ਲਾ ਲਵੇ ਜੀ ਸਾਨੂੰ ਕੀ ਬਾਬਾ ਦੇਊ ਕੋਈ। ਚਲੋ ਜੀ ਨਾ ਦੇ ਤਸਵੀਰ ਬਣਾਈਂਦਾ ਪਿਆ। ਕਿੰਨੇ ਪੈਸੇ? ਜਿਤਨੇ ਪੈਸੇ ਦੀ ਗੋੜੀ ਹੋਵੇ ਵੇਖ ਲਓ ਦੱਸ ਆਹ ਗੋੜੀਆਂ ਥੋੜੇ ਖੋਲ। ਕਿੰਨੇ ਪੈਸੇ ਯਾਰ ਦੱਸੋ ਛੇ ਦੋ ਜਲਦੀ ਜਲਦੀ ਦੱਸੋ ਕਿੰਨੇ ਪੈਸੇ। ਹਾਂ ਇੱਧਰ ਛਾਂਟਾ ਮੇਰੇ ਨਾਲ ਮਾਰ ਦੇ ਥੋੜੀਆਂ ਕਰੀਏ। ਕਿੰਨੇ ਪੈਸੇ? ਮੈਂ ਮਗਰ ਹਾਂ ਦੱਸਤਾ ਸਹੀ ਤੇ ਦੱਸ ਫਿਰ ਕਿਹਨੂੰ ਦੱਸਣਾ ਛੇਤੀ ਦੱਸ। ਮੰਡੀ ਮੁੱਕ ਗਈ ਹੈ ਜਾਂ 1-30 ਦੀ ਚੰਗੀ ਲੱਗਦੀ ਦਾ ਲਾ ਜਾ 1,30,000 ਦਾ। ਹਾਂ ਲਓ ਜੀ 1,30,000 ਨੰਬਰ ਦੱਸ ਆਪਦਾ ਮੋਬਾਈਲ ਦਾ। ਮੋਬਾਈਲ ਦਾ ਨੰਬਰ ਦੱਸ। ਮੋਬਾਈਲ ਦਾ ਇਹਦੇ ਲਿਖੇ ਹੋਏ ਸੀ ਯਾਦ ਨਹੀਂ। ਚਲੋ ਲਓ ਜੀ 1,30,000 ਰੁਪਈਏ ਦੀ ਭਾਈ ਵਾਲੇ ਦਿੰਦੇ ਨੇ। ਸਰਫਰਾਜ਼ ਇਹਦਾ ਨਾਂ ਹੈ ਅਤੇ ਜ਼ੁਲਫਕਾਰ ਜੀ ਸਰਫਰਾਜ਼ ਇਹਦਾ ਨਾਂ ਜੀ 0347-71-90-129 ਇਹ ਨੰਬਰ ਜੇ ਇਹ ਵੇਖੋ ਇਹ ਜੰਗ ਦਾ ਜੀ ਇਹ ਵੀਰ ਮੇਰਾ ਤੁਹਾਡੇ ਸਾਹਮਣੇ ਜੇ ਅਤੇ ਲਓ ਜਨਾਬ ਮਾਸ਼ਾਅੱਲਾ ਘੋੜੀ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਵੀਡੀਓ ਨੂੰ ਅਤੇ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਜਨਾਬ ਉਹ ਵੀ ਰਾਬਤਾ ਕਾਇਮ ਕਰ ਸਕਦਾ ਜੀ। ਉਹ ਕਹਿੰਦਾ ਜੀ ਸਵੇਰੇ ਤਾਂ ਅਸੀਂ ਪੈਸੇ ਬੜੇ ਮੰਗਦੇ ਰਹੇ ਲੇਕਿਨ ਇਸ ਟਾਈਮ ਜਿਹੜਾ ਨਾ ਅਸੀਂ ਘੋੜੀ ਇਹ 1,30,000 ਰੁਪਏ ਦੀ ਜਨਾਬ ਅਸੀਂ ਦੇ ਦੇਵਾਂਗੇ। ਠੀਕ ਅਤੇ ਚਲੋ ਵੇਖੋ ਜੇਕਰ ਕਿਸੇ ਨੂੰ ਪਸੰਦ ਆਈ ਹੋਵੇ ਅਤੇ ਲੈਣਾ ਕੁਝ ਚਾਹੁੰਦਾ ਹੋਵੇ ਤਾਂ ਲੈ ਸਕਦਾ ਜਨਾਬ। ਅਤੇ ਜੇ ਸਾਡੀ ਵੀਡੀਓ ਪਸੰਦ ਆ ਜਾਵੇ ਤਾਂ ਵੀਡੀਓ ਨੂੰ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਅਤੇ ਮਾਸ਼ਾਅੱਲਾ ਫਿਰ ਮਿਲਣਾ ਜਨਾਬ ਨਵੀਂ ਵੀਡੀਓ ਦੇ ਵਿੱਚ। ਅੱਲਾ ਹਾਫਿਜ਼ ਜੀ ਮਾਨੁੱਲਾ ਅਤੇ ਫਿਰ ਉਹੀ ਰਿਕੁਐਸਟ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਇਜਾਜ਼ਤ ਚਾਹੁੰਦਾ ਜਨਾਬ ਅੱਲਾ ਹਾਫਿਜ਼।